ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਲਈ ਤੇਲੰਗਾਨਾ ਸਰਕਾਰ ਦਾ ਵੱਡਾ ਐਲਾਨ ਆਇਆ ਹੈ ਤੇਲੰਗਾਨਾ ਦੇ ਸੀਐਮ ਕਿ ਚੰਦਰਸ਼ੇਖਰ ਰਾਓ ਵੱਲੋਂ 3-3 ਲੱਖ ਰੁਪਏ ਦੇਣ ਦਾ ਐਲਾਨ ਜਿਹੜਾ ਹੈ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਲਈ ਕੀਤਾ ਗਿਆ ਅਤੇ ਦੱਸਦੇ ਚੇ ਲਈ ਕਿ 750 ਤੋਂ ਵੱਧ ਕਿਸਾਨ ਜਿਹੜੇ ਆ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦੀ ਪਾ ਚੁੱਕੇ ਨੇ ਜਿਨ੍ਹਾਂ ਦੇ ਲਈ ਤੇਲੰਗਾਨਾ ਸਰਕਾਰ ਜਿਹੜੀ ਹੈ 3-3 ਲੱਖ ਰੁਪਏ ਦਾ ਐਲਾਨ ਕੀਤਾ ਕਿ 3-3 ਲੱਖ ਰੁਪਏ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਦੇ ਕਰਨਗੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਅਗਲੇ ਜਿਹੜੀ ਮੰਗ ਕੀਤੀ ਹੈ ਤੇਲੰਗਾਨਾ ਨਦੇ ਸੀਐਮ ਕੇ ਚੰਦਰਸ਼ੇਖਰ ਰਾਓ ਵੱਲੋਂ ਮੰਗ ਕੀਤੀ ਗਿਆ ਕੇਂਦਰ ਸਰਕਾਰ ਅੱਗੇ ਕਿ ਜ 25-25 ਲੱਖ ਰੁਪਏ ਹਰ ਕਿਸਾਨ ਨੂੰ ਦਿੱਤਾ ਜਾਵੇ ਜਿਹੜੇ ਕਿਸਾਨ ਜਿਹੜੇ ਆ ਸ਼ਹੀਦ ਹੋਇਆ ਤੇ ਜਿਹੜੇ ਜਿਹੜੇ ਕਿਸਾਨ ਨੇ ਆਪਣਾ ਯੋਗਦਾਨ ਇਸ ਕਿਸਾਨ ਅੰਦੋਲਨ ਦੇ ਵਿੱਚ ਪਾਇਆ ਉਹਨਾਂ ਦੇ ਉੱਪਰ ਜਿਹੜੇ ਜਿਹੜੇ ਮਾਮਲੇ ਦਰਜ ਹੋਇਆ ਚਾਹੇ ਉਹ ਹਰਿਆਣਾ ਦੇ ਕਿਸਾਨ ਹੋਣ ਚਾਹੇ ਪੰਜਾਬ ਦੇ ਹੋਣ ਚਾਹੇ ਕਿਸੇ ਵੀ ਸਟੇਟ ਦੇ ਕਿਸਾਨ ਹੋਣ ਉਹਨਾਂ ਦੇ ਉੱਪਰ ਜਿਹੜੇ ਜਿਹੜੇ ਮਾਮਲੇ ਦਰਜ ਹੋਇਆ ਉਹਨਾਂ ਮਾਮਲਿਆਂ ਨੂੰ ਜਿਹੜਾ ਆ ਖਾਰਜ ਕੀਤਾ ਜਾਵੇ ਦੂਸਰੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਆ ਐਲਾਨ ਕੀਤਾ ਗਿਆ ਕਿ ਸਰਕਾਰੀ ਨੌਕ ਜਿਹੜੀਆਂ ਜਿਹੜੀਆਂ ਨੇ ਉਹ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ ਹਾਲਾਂਕਿ ਹੁਣ ਤੱਕ ਸਿਰਫ 150 ਤੋਂ ਵੱਧ 150 ਕਿਸਾਨਾਂ ਤੱਕ ਜਿਹੜੀ ਇਹ ਸਰਕਾਰੀ ਨੌਕਰੀ ਪਹੁੰਚੀ ਆ ਹੋਲੀ-ਹੋਲੀ ਹੋ ਸਕਦਾ ਕਿ ਜਿਹੜੀ ਇਹ ਨੌਕਰੀ ਆ ਹਰ ਸ਼ਹੀਦ ਹੋਏ ਹਰ ਕਿਸਾਨ ਦੇ ਪਰਿਵਾਰ ਤੱਕ ਜਿਹੜੀ ਹੈਗੀ ਆ ਜ਼ਰੂਰ ਪਹੁੰਚੇ ਅਤੇ ਜੇਕਰ ਮੁਆਵਜ਼ੇ ਦੀ ਗੱਲ ਕਰੀਏ ਤਾਂ 5 ਲੱਖ ਰੁਪਏ ਦਾ ਮੁਆਵਜ਼ਾ ਬਹੁਤੇ ਕਿਸਾਨਾਂ ਤੱਕ ਜਿਹੜਾ ਆ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੱਕ ਇਹ ਮੁਆਵਜ਼ਾ ਪਹੁੰਚ ਚੁੱਕਿਆ ਜਿਵੇਂ ਕਿ ਤੇਲੰਗਾਨਾ ਸਰਕਾਰ ਦੀ ਇੱਕ ਵਾਰੀ ਫਿਰ ਗੱਲ ਕਰੀਏ ਤੇਲੰਗਾਨਾ ਸਰਕਾਰ ਵੱਲੋਂ 3 ਜਿਹੜਾ ਹੈ ਮੁਆਵਜ਼ਾ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਇੱਥੇ ਦੱਸਦੇ ਚੱਲੀਏ ਕਿ 750 ਤੋਂ ਵੱਧ ਕਿਸਾਨ ਜਿਹੜੇ ਆ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਤੋਂ ਸੀਐਮ ਜਿਹੜੇ ਹੈਗੇ ਆ ਪੀਐਮ ਮੋਦੀ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਜਿਹੜੇ ਤਿੰਨੋਂ ਖੇਤੀ ਕਾਨੂੰਨ ਉਹ ਵਾਪਸ ਹੋਣਗੇ ਉਸ ਤੋਂ ਬਾਅਦ ਕੇ ਚੰਦਰਸ਼ੇਖਰ ਰਾਓ ਵੱਲੋਂ ਐਲਾਨ ਕੀਤਾ ਜਾਂਦਾ ਕਿ 3-3 ਲੱਖ ਰੁਪਏ씩 ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਵਾਂਗੇ ਨਾਲ ਹੀ ਉਹਨਾਂ ਨੇ ਮੰਗ ਕੇਂਦਰ ਸਰਕਾਰ ਤੱਕ ਇਹ ਵੀ ਰੱਖਿਆ ਕਿ 25 ਲੱਖ ਤੱਕ ਦੀ ਹੈਤਾ ਮਾਲੀ ਸਹਾਇਤਾ ਜਿਹੜੀ ਹੈ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਤੱਕ ਜਿਹੜੀ ਆ ਪਹੁੰਚਦੀ ਜ਼ਰੂਰ ਕੀਤੀ ਜਾਵੇ ਤੇ ਜਿਹੜੇ ਮਾਮਲੇ ਕਿਸਾਨਾਂ ਦੇ ਉੱਪਰ ਦਰਜ ਹੋਇਆ ਚਾਹੇ ਉਹ ਹਰਿਆਣਾ ਦੇ ਕਿਸਾਨ ਹੋਣ ਚਾਹੇ ਉਹ ਪੰਜਾਬ ਦੇ ਕਿਸਾਨ ਹੋਣ ਉਹਨਾਂ ਦੇ ਉੱਪਰ ਦਰਜ ਮਾਮਲੇ ਜਿਹੜੇ ਆ ਉਹ ਜਲਦੀ ਦੁ ਜਲਦੀ ਖਾਰਜ ਕੀਤੇ ਜਾਣ ਇਸ ਤਰ੍ਹਾਂ ਦੀ ਅਪਡੇਟਸ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਾਂਗੇ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਉਹ ਯਾਤ ਦੇਖਦੇ ਰਹਿਵਾਰੇ ਵੀ ਟੈਲੀਵਿਜ਼ਨ ਧੰਨਵਾਦ ਜੀ